ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਆ ਜੀ? ਤੁਹਾਡਾ ਯੂਟਿਊਬ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ। ਅੱਜ ਮੈਂ ਤੁਹਾਨੂੰ ਇੱਕ ਨਵਾਂ ਟੌਪਿਕ ਅਤੇ ਨਵੀਂ ਚੀਜ਼ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਹੋ ਸਕਦਾ ਉਸ ਦੇ ਵਿੱਚ 100% ਨਾ ਹੋਵਾਂ, ਪਰ ਕੁਛ ਹੱਦ ਤੱਕ ਤਾਂ ਮੈਂ ਇਸ ਚੀਜ਼ ਨੂੰ ਦੇਖ ਦੇਖ ਕੇ ਫੋਲੋ ਕਰ ਕਰਕੇ ਮੈਂ ਇੱਕ ਚੀਜ਼ਾਂ ਬੜੀਆਂ ਗੌਰ ਕੀਤੀਆਂ ਤਾਂ ਕੁਛ ਰਿਜ਼ਲਟ ਮਿਲੇ ਨੇ ਦੋਸਤੋ। ਇਹ ਹੈ ਪ੍ਰੂਨਿੰਗ। ਪ੍ਰੂਨਿੰਗ ਜੋ ਕਿ ਹੈ 1G 2G 3G ਆਪਾਂ ਕਟਿੰਗ ਕਰਦੇ ਹਾਂ, ਜਿਸ ਨਾਲ ਪੌਦੇ ਦੇ ਉੱਤੇ ਫਰੂਟਿੰਗ 'ਤੇ ਬੜਾ ਫਰਕ ਪੈਂਦਾ। ਜਿਵੇਂ ਮੈਂ ਤੁਹਾਨੂੰ ਬੜਾ ਹੀ ਇੱਕ ਜਿਵੇਂ ਤੁਸੀਂ ਇਸ ਰੂਟ ਨੂੰ ਦੇਖ ਰਹੇ ਹੋ, ਇਹ ਵਾਲੀ, ਠੀਕ ਹੈ ਜੀ, ਇਹ ਅੱਗੇ ਆ ਰਹੀ ਹੈ, ਠੀਕ ਹੈ, ਅੱਗੇ ਬ੍ਰਾਂਚ ਬਣਾ ਰਹੀ ਹੈ, ਠੀਕ ਹੈ ਜੀ। ਇਹ ਅੱਗੇ ਆ ਕੇ ਕੀ ਹੋ ਰਿਹਾ, ਇੱਥੇ ਤੁਸੀਂ ਦੇਖ ਰਹੇ ਹੋ ਇਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਫਰੂਟ ਨਹੀਂ। ਇਹ ਸਾਰੀ ਟਾਹਣੀ ਬਿਲਕੁਲ ਖਾਲੀ ਹੈ। ਪਰ ਤੁਹਾਨੂੰ ਨਾਲ ਨਾਲ ਇੱਕ ਚੀਜ਼ ਹੋਰ ਦਿਖਾ ਦਾਂ, ਇੱਥੇ ਫਰੂਟ ਆ, ਦੇਖੋ ਧਿਆਨ ਨਾਲ, ਆਹ ਸੀ ਫਰੂਟ, ਇੱਥੋਂ ਅਸੀਂ ਤੋੜ ਲਿਆ, ਨਾਲੇ ਆਹ ਫੁੱਲ ਆ ਰਹੇ ਨਵੇਂ, ਇੱਥੋਂ ਵੀ ਫੁੱਲ ਆ ਰਹੇ ਆ, ਦੇਖ ਰਹੇ ਹੋ ਤੁਸੀਂ, ਠੀਕ ਹੈ ਜੀ। ਦੋਸਤੋ ਜਿਹੜੀ ਆਹ ਵਾਲੀ ਟਾਹਣੀ ਹੈ ਜਿਹੜੀ ਮੈਂ ਫੜੀ ਹੋਈ ਆ, ਠੀਕ ਹੈ ਜੀ, ਇਸ 'ਤੇ ਫਲ ਨਹੀਂ ਆਊਗਾ। ਇਹ ਜਿੰਨੀ ਮਰਜ਼ੀ ਵੱਡੀ ਹੋ ਜੇ ਪਰ ਇਸ 'ਤੇ ਫਲ ਨਹੀਂ ਆਊਗਾ। ਹੁਣ ਦੋਸਤੋ ਇਹਦਾ ਕੀ ਹੱਲ ਹੈ, ਇਹਨੂੰ ਕੀ ਕਰਾਂਗੇ ਆਪਾਂ, ਕਟਰ ਦੀ ਸਹਾਇਤਾ ਨਾਲ ਇਸ ਨੂੰ ਇਸ ਜਗ੍ਹਾ ਤੋਂ ਕੱਟਦਾ, ਠੀਕ ਹੈ ਜੀ। ਹੁਣ ਕੀ ਹੋਊਗਾ, ਇਹਦੇ ਵਿੱਚ ਜਿੱਥੇ ਵੀ ਕੋਈ ਅੱਖ ਹੈ ਪਿੱਛੇ ਪਿੱਛੇ, ਉੱਥੇ ਨਵੀਆਂ ਰੂਟਸ, ਨਵੇਂ ਟਾਹਣੀਆਂ ਨਿਕਲਣਗੀਆਂ, ਠੀਕ ਹੈ ਜੀ। ਹੋਰ ਵੀ ਤੁਹਾਨੂੰ ਦਿਖਾਉਣਾ ਇਹਦੇ ਵਿੱਚ ਗੌਰ ਕਰਨ ਵਾਲੀ ਗੱਲਾਂ ਨੇ, ਠੀਕ ਹੈ। ਆਹ ਦੇਖੋ, ਸੇਮ ਇਹੀ ਪ੍ਰੋਸੀਜਰ ਆ, ਦੇਖੋ ਜੀ, ਆਹ ਫਲ ਲੱਗਿਆ ਹੋਇਆ ਅਤੇ ਇਸਦਾ ਜੋ ਤੁਸੀਂ ਦੇਖ ਪਾ ਰਹੇ ਹੋ ਇੱਕ ਟਾਹਣੀ ਆ ਜਾ ਰਹੀ ਹੈ, ਜਿਹੜੀ ਮੈਂ ਤੁਹਾਨੂੰ ਫਿਰ ਦਿਖਾਉਣਾ ਧਿਆਨ ਨਾਲ, ਆਹ ਵਾਲੀ, ਠੀਕ ਹੈ ਜੀ। ਜਿਸ 'ਤੇ ਫਰੂਟ ਨਹੀਂ ਹੈ ਉਹ ਟਾਹਣੀ ਤੁਸੀਂ ਕੱਟ ਦੇਣੀ ਹੈ। ਦੇਖੋ ਇਸ 'ਤੇ ਇੱਕ ਵੀ ਫੁੱਲ ਨਹੀਂ ਹੈ, ਇਸ ਲਈ ਇਹਨੂੰ ਆਪਾਂ ਕੀ ਕਰਾਂਗੇ, ਕੱਟ ਦਾਂਗੇ, ਠੀਕ ਹੈ ਜੀ। ਹੋਰ ਵੀ ਆਪਾਂ ਤੁਹਾਨੂੰ ਕਈ ਚੀਜ਼ਾਂ ਦਿਖਾਉਂਦੇ ਹਾਂ ਜਿਹਦੇ ਵਿੱਚ ਤੁਹਾਨੂੰ ਕਲੀਅਰ ਹੋ ਜੂਗਾ ਵੀ ਇਸ ਪਾਰਟ ਨੂੰ ਕੱਟਣ ਦਾ ਕੀ ਫਾਇਦਾ ਹੋਇਆ, ਕੀ ਨੁਕਸਾਨ ਹੋਇਆ। ਸੇਮ ਪ੍ਰੋਸੀਜਰ ਇੱਥੇ ਆ, ਦੇਖੋ ਤੁਸੀਂ, ਆਹ ਟਾਹਣੀ ਆ ਰਹੀ ਹੈ, ਇਸ ਦੇ ਉੱਤੇ ਫਲ ਨਹੀਂ ਆ, ਆਹ ਵਾਲੀ 'ਤੇ ਜਿਹੜੀ ਮੈਂ ਤੁਹਾਨੂੰ ਕਟਰ ਵਾਲੇ ਪਾਸੇ ਦਿਖਾ ਰਿਹਾ, ਆਹ ਵਾਲੀ ਦੇਖੋ ਜੀ, ਇਸ ਟਾਹਣੀ 'ਤੇ ਇੱਕ ਵੀ ਫਲ ਨਹੀਂ। ਪਰ ਅੱਗੇ ਜਾ ਕੇ ਤੁਸੀਂ ਦੇਖੋਗੇ ਇਸ 'ਤੇ ਫਲ ਹੈਗਾ। ਉਸ ਤੋਂ ਜਿੱਥੇ ਇੱਕ ਅੱਧਾ ਫਲ ਆ ਰਿਹਾ ਪਰ ਟਾਹਣੀ ਵੱਧ ਰਹੀ ਹੈ, ਤੁਸੀਂ ਕੀ ਕਰਨਾ ਉਸ ਨੂੰ ਮੈਂ ਤੁਹਾਨੂੰ ਦਿਖਾ ਦਿੰਦਾ। ਇੱਥੇ ਫਲ ਹੈ, ਆਹ ਦੇਖ ਰਹੇ ਹੋ ਤੁਸੀਂ, ਫਲ ਤੋਂ ਅੱਗੇ ਵਾਲੀ ਟਾਹਣੀ ਨੂੰ ਇੱਥੋਂ ਦੇਖੋ ਫਲ ਹੈ ਅਤੇ ਇਹਨੂੰ ਇੱਥੇ ਕੱਟ ਕਰ ਦਿੰਦਾ ਤਾਂ ਕਿ ਇਹਦੀ ਜਿਹੜੀ ਤਾਕਤ ਹੈ ਪਿੱਛੇ ਚਲੀ ਜਾਵੇ, ਔਰ ਜਿਸ 'ਤੇ ਫਲ ਹੈ ਨਹੀਂ ਉਸ ਨੂੰ ਵੀ ਕੱਟ ਕਰ ਦਿੰਦਾ, ਠੀਕ ਹੈ ਜੀ। ਇਹ ਸੇਮ ਸਾਰਾ ਪ੍ਰੋਸੈਸ ਆ, ਦੇਖੋ ਇੱਥੇ ਅਮਰੂਦ ਆ, ਤੁਸੀਂ ਦੇਖ ਪਾ ਰਹੇ ਹੋ, ਬਟ ਅੱਗੇ ਫਰੂਟ ਹੈ ਨਹੀਂ, ਇਸ ਲਈ ਇਸ ਨੂੰ ਕੀ ਕਰਨਾ, ਇੱਕ ਦੋ ਪੱਤੇ ਛੱਡ ਕੇ ਤੋਂ ਕੱਟ ਕਰ ਦੇਣਾ, ਠੀਕ ਹੈ ਜੀ। ਇਹ ਸਾਰਾ ਜਿਹੜਾ ਪ੍ਰੋਸੈਸ ਹੈ ਮੈਂ ਬਰੀਕੀ ਨਾਲ ਇਸ ਚੀਜ਼ਾਂ ਨੂੰ ਕੱਟੂੰਗਾ ਅਤੇ ਇਸ ਤੋਂ ਠੀਕ ਹੈ ਜੀ ਅਤੇ ਉਸ ਤੋਂ ਆਪਾਂ ਫਰੂਟਿੰਗ ਲਵਾਂਗੇ, ਠੀਕ ਹੈ ਜੀ। ਜਿਹੜੀਆਂ ਪਿੱਛੇ ਪਿੱਛੇ ਬ੍ਰਾਂਚਾਂ ਨਵੀਆਂ ਆਉਣਗੀਆਂ ਉਹ ਆਪਾਂ ਨੂੰ ਫਰੂਟ ਦੇਣਗੀਆਂ। ਆਹ ਦੇਖੋ ਇਸ ਦੇ ਵਿੱਚ ਵੀ ਫਰੂਟ ਹੈ ਨਹੀਂ, ਇਸ ਟਾਹਣੀ ਦੇ ਵਿੱਚ ਵੀ ਤੁਸੀਂ ਦੇਖ ਪਾ ਰਹੇ ਹੋ,
इसनों आप कट कर। सो दोस्तों इस तरह मैं कली कली टाणी कली कली देख के इसनों कटिंग करूँगा तो उस तो बाद थोनू फ्रूट वादा हो दिखाऊँगा। आ देखो ये तो फ्रूट हैगा एक एक फ्रूट है बट अगे है नहीं इसलिए इनू इतो कट कर अगे ये भी फ्रूट है नहीं इसलिए इनू इतने तक फ्रूट है अगे फ्रूट है नहीं तो कट करा। ठीक है जी मेरे चैनल में लाइक शेयर सबसक्राइब करो। आ देखो थोड़ा तो फिर एक फ्रूट दिखा दा इतने हैगा फ्रूट एक बट अगे है नहीं। ठीक है जी मेरे चैनल में लाइक शेयर ते सबसक्राइब करो और भी बरीकी समझने लिए मेरी वीडियो नू ध्यान नाल देखो ता जो थोनू होर भी चीज़ा समझ आ सकन। धन्यवाद जी।